ਅਸਲਾਮੁਅਲੈਕੁਮ ਕਾਸ਼ਕਰ ਪਰਾਵੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਨੋਲਾ ਦੀ ਫਸਲ ਦੀ ਕਾਸ਼ਤ ਦਾ ਕੀ ਤਰੀਕਾਕਾਰ ਹੈ ਕਨੋਲਾ ਦੀ ਬਿਹਤਰ ਪੈਦਾਵਾਰ ਵਾਸਤੇ ਤੁਸੀਂ ਫਸਲ ਨੂੰ ਕਿਤਾਰਾਂ ਤੇ ਕਾਸ਼ਤ ਕਰੋ ਤੇ ਕਿਤਾਰਾਂ ਦਾ ਆਪਸ ਵਿੱਚ ਫਾਸਲਾ 1.5 ਫੁੱਟ ਰੱਖੋ ਫਸਲ ਨੂੰ ਤਰਵਤਰ ਦੀ ਹਾਲਤ ਦੇ ਵਿੱਚ ਬਜ਼ਰੀਆ ਪੋਰ ਜਾਂ ਡ੍ਰਿਲ ਕਾਸ਼ਤ ਕਰੋ ਜਦੋਂ ਕਿ ਛੱਟਾ ਦੇ ਕੇ ਵੀ ਫਸਲ ਨੂੰ ਕਾਸ਼ਤ ਕੀਤਾ ਜਾ ਸਕਦਾ ਹੈ ਕਿਨੋਲਾ ਦੀ ਦਲਵਾਨ ਖੇਤ ਦੇ ਵਿੱਚ ਕਾਸ਼ਤ ਵਾਸਤੇ ਰਿਜਰਵ ਦੇ ਨਾਲ ਵਟਬੰਦੀ ਕਰਕੇ ਵਟਾਂ ਦਾ ਦਰਮਿਆਨੀ ਫਾਸਲਾ 1.5 ਫੁੱਟ ਰੱਖੋ ਤੇ ਖੁਸ਼ਕ ਜ਼ਮੀਨ ਦੇ ਵਿੱਚ ਵਟਬੰਦੀ ਕਰਕੇ ਕਾਸ਼ਤ ਕਰਨ ਵਾਸਤੇ ਬੀ ਨੂੰ ਗਿੱਲੀ ਬੋਰੀ ਦੇ ਵਿੱਚ 8 ਘੰਟੇ ਤੱਕ ਰੱਖਣ ਤੋਂ ਬਾਅਦ ਕਾਸ਼ ਕਰੋ